ਦੀ ਕੋਠੀ ਓਏ ਖੇਤਾਂ ਦੇ ਵਿੱਚ ਪਈ ਏ ਜੱਟ ਦੀ ਕੋਠੀ ਓਏ ਖੇਤਾਂ ਦੇ ਵਿੱਚ ਪਈ ਏ ਹੱਥ ਦੇ ਵਿੱਚ ਮੇਰੇ ਦਾਦੀ ਬੱਲੀ ਮੋਢੇ ਉੱਤੇ ਕਈਏ ਜੱਟ ਦੀ ਕੋਠੀ ਓਏ ਖੇਤਾਂ ਦੇ ਵਿੱਚ ਪਈ ਏ ਜੱਟ ਦੀ ਕੋਠੀ ਓਏ जवानी सारी खेता विच रुल गई जहर वांगू अलड़े तो खून विच घुल गई मैं ता बनिया पागल फिरदा तू ता अलड़े सही है जट दी कोठी ही ओए जट दी कोठी ही ओए खेता दे विच पई है जट दी कोठी ही ओए खेता दे विच पई है चीने बलिए रावा विच मित्रा ने छड़े आ जिस दे डीजीपी पंजाब दा ओ बल्ले डीजीपी पंजाब दा शहरों पत्ते बार दा हुंदी ए जनाब दा डीजीपी पंजाब दा जट दी कोठी ही ओए खेता दे विच पई ए चल छड़ गुस्सा रोटी खा ले खुशी जे तू ना हुंदी ते सारे जहान जे मैं भुखा मर जांदा अच्छा सही गल आ खुशी रोटी खा ले तेनू दाल च नमक घट मैं ता पूरा पाया सी ते मैं केड़ा कट लिया तू ना कोई काम भी कर लिया कर सारी उम्र लोका तो छित्र खांदे रहने हैं तू खुशी टेंशन ना ले या पैसा लीडरा को आ या डॉक्टरा को ते या कलाकारा को असि कलाकार बनांगे शहर च ते पिंड च कोठी पावांगे 100,000 गीत 725 गीत रोज दे कढ़ावांगे तेरा यार देखी 25 गीत 725 गीत कढ़ा के सोनी कोठी पावांगे 725 गाने बाद विच रिलीज़ कर दी अगर तू आज फ्री है तो मेरे नाल चल शहर मेनू कुछ काम है चल फिर मैं भी चलदा आज खाड़ा लगना हाकम बकड़ी वाले का नाले मैं खाड़ा देख लूंगा ते नाले तू शहर समान ले चल उठ सरपंच सरखुजी उतर उतर ओ दे सरपंच तू इदां कर तू इतों बस फड़ सीधी 111 नंबर की तू घर चल पैदल पैदल तो मैं आया जब सरपंच मिल के आया आहो हूँ ये तो चित्र खाने होने तू नहीं सुधर सकता तू चल 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 खुशी चल हाँ जी बल्ले सरपंच साहब तुम तो ईद का चांदी हो गए ईद का चंद भी तो 3 साल आ गया पर तुम अब 4 साल बाद आए और नीटू जोकरा तेनू नहीं पता मैं शहर कोठी पाई है आहो साडे पिंड वाले ने वोटा पाती तानू सरपंच बनाता कोई चाहे कितने रवे मैं अच बहुत दुखी यार फिर किस दिन गल करांगे सरपंच साहब दुखी तो तुम होना ही है शाम लट जगह तुम खा गए सरकारी पेंशन तुम खा गरीबों सिलाई मशीन तुम खा गए सगन स्कीम तुम खा गए तो हूँ मैंने पता लगा भी अगले महीने सरकार ने देनिया कि साड़िया वो ना खा जाए ਕੁੜੀਏ ਕੀ ਹੋ ਗਿਆ ਪਤਾ ਨਹੀਂ ਇਹਨੂੰ ਚਲਦੀ ਚਲਦੀ ਇਹਨੂੰ ਕੀ ਸੱਪ ਲੜ ਗਿਆ ਚਲੋ ਫਿਰ ਲਾਓ ਧੱਕਾ ਲੈ ਜਾਓ ਮਕੈਨਿਕ ਅਸੀਂ ਕਿਹੜਾ ਮਕੈਨਿਕ ਆ ਫਿਰ ਤੁਸੀਂ ਇੰਨੀ ਦੂਰ ਬ੍ਰੇਕ ਲਾ ਕੇ 15-20 ਕਦਮ ਚੱਲ ਕੇ ਇੱਥੇ ਟਿੰਡੇ ਲੈਣ ਆਏ ਹੋ ਮੈਂ ਤੁਹਾਨੂੰ ਇਹ ਦੱਸਣਾ ਸੀ ਵੀ ਤੁਸੀਂ ਆ ਜੀਨ ਦੀਆਂ ਪੈਂਟਾਂ ਆ ਫਾਟੀਆਂ ਪੁਰਾਣੀ ਪੈਂਟਾਂ ਮੁੰਡਿਆਂ ਦੇ ਵਾਲੇ ਕੱਪੜੇ ਪਾਏ ਆ ਵੀ ਮੈਂ ਤੁਹਾਨੂੰ ਇਹ ਦੱਸਣਾ ਆਇਆ ਸੀਗਾ ਵੀ ਤੁਸੀਂ ਕੁੜੀਆਂ ਦੇ ਆ ਵਾਲ ਰੰਗਾਏ ਆ ਲੈਂਸ ਅੱਖਾਂ 'ਚ ਪਾਏ ਆ ਵੀ ਤੁਸੀਂ ਸਾਰੇ ਮੁੰਡਿਆਂ ਦੇ ਕੰਮ ਕਰਦੇ ਤੁਸੀਂ ਹੈ ਕੁੜੀਆਂ ਪਿੰਡ ਦਾ ਕਲਚਰ ਤੁਹਾਨੂੰ ਇਹ ਦੱਸਿਆ ਵਾ ਟਿੰਡੇ ਨਹੀਂ ਇਹ ਤਾਂ ਪਰ ਮੇਰੇ ਪਿਓ ਦੇ ਸੌਲੇ ਆ ਤੈਨੂੰ ਦਾ ਖੁਸ਼ੀ ਮੈਂ ਉਹਨੂੰ ਕੋਈ ਗਲਤ ਕਿਹਾ ਸੀਗਾ ਲੱਗਦਾ ਉਹਨੂੰ ਸਮਝ ਨਹੀਂ ਆਈ ਮੇਰੀ ਤੂੰ ਤਾਂ ਕਦੇ ਨਿਕਲ ਗਿਆ ਸਾਦੇ ਗਾ
ਘਰ ਦੇ ਲੋਕ ਗਾਇਕ ਉਹ ਕੀ ਹੁੰਦਾ ਮਤਲਬ ਉਹਦਾ ਲੋਕ ਗਾਇਕ ਹੁੰਦਾ ਬੇਟਾ ਜਿਹੜਾ ਲੋਕਾਂ ਦੇ ਮਸਲਿਆਂ ਦੀ ਗੱਲ ਕਰੇ ਲੋਕਾਂ ਦੇ ਗੀਤਾਂ ਦੀ ਗੱਲ ਕਰੇ ਲੋਕਾਂ ਦੇ ਸੱਭਿਆਚਾਰ ਦੀ ਗੱਲ ਕਰੇ ਤੁਸੀਂ ਸੁਣ ਲਾ ਲੋਕਾਂ ਦੇ ਰਿਸ਼ਤਿਆਂ ਦੀ ਬੇਟਾ ਗੱਲ ਕਰੇ ਜਦੋਂ ਅਸੀਂ ਲੋਕਾਂ ਦੀ ਗੱਲ ਕਰਾਂਗੇ ਤਾਂ ਲੋਕ ਸਾਨੂੰ ਸਮਝਣਗੇ ਸਾਡੇ ਪਰਿਵਾਰ ਦੇ ਮੈਂਬਰ ਹੈ ਉਹਨਾਂ ਨੂੰ ਅਸੀਂ ਐਕਸਟਰਾ ਨਹੀਂ ਲੱਗਦੇ ਉਹਨਾਂ ਨੂੰ ਆਪਣੇ ਪਰਿਵਾਰ ਦੇ ਲੱਗਦੇ ਉਹ ਸਾਨੂੰ ਆਪਣਾ ਹੀ ਸਮਝਦੇ ਨੇ ਉਹ ਹੁੰਦਾ ਜਿਹੜੇ ਲੋਕਾਂ ਦੀ ਗੱਲ ਕਰੇ ਲੋਕ ਗਏ ਪਰ ਗੁਰੂ ਜੀ ਜਿਹੜਾ ਉਹ ਗੱਲ ਸੁਣ ਤੂੰ ਇੱਥੇ ਗਾਉਣ ਆਉਂਦੇ ਕਿ ਸੌਣ ਆਉਂਦੇ ਗੁਰੂ ਜੀ ਘੱਟ ਰੋਟੀ ਖਾਇਆ ਕਰ ਭੁੱਖੇ ਪੇਟ ਆਇਆ ਕਰ ਜੇ ਮਾੜਾ ਮੋਟਾ ਸਿੱਖਣਾ ਗੁਰੂ ਜੀ ਸੁਸਤੀ ਦੇ ਮਾਰੇ ਪਏ ਗੁਰੂ ਜੀ ਗਾਣਾ ਤੇ ਸਿੱਖਦਾ ਪਰ ਮੈਂ ਰੋਟੀ ਤੋਂ ਬਗੈਰ ਨਹੀਂ ਰਹਿ ਸਕਦਾ ਗੁਰੂ ਜੀ ਮੁਸ਼ਕਲ ਉਹ ਸਿੱਖੇਗਾ ਕੁਛ ਗਾਏਗਾ ਤਾਂ ਰੋਟੀ ਕਮਾਏਗਾ ਦੇਖਦਾ ਖੁਸ਼ੀ ਮੈਂ ਤੈਨੂੰ ਕਹਿੰਦਾ ਸੀ ਜਿਹੜੇ ਲੋਕ ਸਿਰਫ ਗਲੈਮਰ ਦੇ ਪਿੱਛੇ ਜਾਂ ਤੁਸੀਂ ਆਪਾਂ ਕਹਿੰਦੇ ਚੱਕਾ ਚਾਹੁੰਦੇ ਦੇ ਪਿੱਛੇ ਲੱਗ ਕੇ ਪੈਸੇ ਪਿੱਛੇ ਲੱਗ ਕੇ ਇਹਦੇ ਪਿੱਛੇ ਐਂਟਰ ਕਰਕੇ ਗਾਇਕੀ ਇਸ ਤਰ੍ਹਾਂ ਦੀ ਨਹੀਂ ਹੁੰਦੀ ਗਾਇਕੀ ਉਹ ਹੁੰਦੀ ਹੈ ਜਿਹੜੀ ਮਨ ਨੂੰ ਸਕੂਨ ਦੇਵੇ ਜਿਹੜੀ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ ਜਿਵੇਂ ਜਿਹੜੇ ਲੋਕ ਗਾਇਕ ਕਲਾਕਾਰ ਹੁੰਦੇ ਉਹ ਕੋਲ ਸੁਣਾਓ ਮਾੜਾ ਜਿਹਾ ਮੈਨੂੰ ਮੇਰੀ ਖੁਸ਼ੀ ਮੇਰੇ ਨਾਲ ਤੇ ਅਸੀਂ 1,00,000 ਗੀਤ 1 ਸਾਲ ਦੇ ਵਿੱਚ ਕਰਾਂਗੇ ਤਾਂ ਗੁਰੂ ਜੀ ਤੁਹਾਡੇ ਵੈਰੀ ਗੁੱਡ ਵੈਰੀ ਗੁੱਡ ਕਿਆ ਬਾਤ ਹੈ ਫਿਰ ਉਸ ਤੋਂ ਬਾਅਦ ਕੀ ਕਰੇਗਾ ਗੁਰੂ ਜੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਨੂੰ ਹਰਾਉਂਗਾ